ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਪ੍ਰਵਾਸੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰਵਾਸੀ ਪ੍ਰੋਪਰਟੀਜ਼ ਦੇ ਇੱਕ ਸ਼ੋਅ ਦੇ ਵਿੱਚ ਸਵਾਗਤ ਹੈ। ਜਿੱਦਾਂ ਕਿ ਤੁਸੀਂ ਜਾਣਦੇ ਹੋ, ਇਸ ਸ਼ੋਅ ਦੇ ਜ਼ਰੀਏ ਅਸੀਂ ਤੁਹਾਨੂੰ ਵੱਧ ਤੋਂ ਵੱਧ ਜਾਣਕਾਰੀ ਦਿੰਦੇ ਹਾਂ ਰੀਅਲ ਸਟੇਟ ਮਾਰਕੀਟ ਦੇ ਬਾਰੇ, ਅਤੇ ਉਹਨਾਂ ਸਾਰੀਆਂ ਸ਼ਖਸੀਅਤਾਂ ਨਾਲ ਮਿਲਾਉਂਦੇ ਹਾਂ ਜੋ ਤੁਹਾਨੂੰ ਕਿਸੇ ਵੀ ਤਰੀਕੇ ਦੀ, ਭਾਵੇਂ ਤੁਸੀਂ ਕੋਈ ਖਰੀਦਣਾ ਹੋਵੇ ਘਰ, ਕੋਈ ਵੇਚਣਾ ਹੋਵੇ, ਜਾਂ ਕੋਈ ਵੀ ਇੰਡਸਟਰੀਅਲ ਪ੍ਰੋਪਰਟੀ ਹੋਵੇ, ਜਾਂ ਕਿਸੇ ਵੀ ਤਰੀਕੇ ਦੀ ਪ੍ਰੋਪਰਟੀ ਹੋਵੇ, ਕਿਸੇ ਵੀ ਚੀਜ਼ ਦੇ ਵਿੱਚ ਡੀਲ ਕਰਨਾ ਹੋਵੇ, ਉਹ ਤੁਹਾਡੀ ਮਦਦ ਕਰਦੇ ਨੇ। ਜਿੱਦਾਂ ਕਿ ਅਸੀਂ ਲਾਸਟ ਵੀਕਐਂਡ 'ਤੇ ਮਿਲੇ ਸੀਗੇ ਪਰਵੀਨ ਅਰੋੜਾ ਜੀ ਦੇ ਨਾਲ, ਅੱਜ ਫਿਰ ਤੋਂ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ। ਸਭ ਤੋਂ ਪਹਿਲਾਂ ਅਸੀਂ ਕਰਦੇ ਹਾਂ ਉਹਨਾਂ ਦਾ ਸਵਾਗਤ। ਪਰਵੀਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਸ਼ੋਅ ਦੇ ਵਿੱਚ। ਰਾਖੀ ਜੀ, ਮੇਰੇ ਕਿੰਨੀ ਹੋ ਗਏ ਪ੍ਰਵਾਸੀ ਦੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਆਦਾਬ ਜੀ। ਥੈਂਕ ਯੂ ਸਰ। ਸਰ, ਜਿੱਦਾਂ ਕਿ ਅਸੀਂ ਲਾਸਟ ਵੀਕ ਗੱਲ ਕੀਤੀ ਸੀਗੀ ਕਿ ਕੋਵਿਡ-19 ਕਰਕੇ ਰੀਅਲ ਸਟੇਟ ਮਾਰਕੀਟ ਦੇ ਉੱਤੇ ਜ਼ਿਆਦਾ ਪ੍ਰਭਾਵ ਨਹੀਂ ਪਿਆ ਆ, ਮੈਂ ਉਹੀ ਟੋਪਿਕ ਨੂੰ ਕੰਟੀਨਿਊ ਕਰਨਾ ਚਾਹੂੰਗੀ, ਬਿਕੋਜ਼ ਸਾਡੇ ਦਰਸ਼ਕਾਂ ਨੂੰ ਬਹੁਤ ਵਧੀਆ ਉਹ ਟੋਪਿਕ ਲੱਗਿਆ, ਐਂਡ ਈਵਨ ਪਰਸਨਲੀ ਮੈਨੂੰ ਵੀ ਬਹੁਤ ਇੰਟਰਸਟਿੰਗ ਉਹ ਟੋਪਿਕ ਲੱਗਿਆ। ਸੋ ਉਹਦੇ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੂੰਗੀ ਵੀ ਉਹ ਟਾਈਮ 'ਤੇ ਜਿਹੜਾ ਸੈਲਰਸ ਨੇ, ਤੁਸੀਂ ਕਿਹਾ ਸੀਗਾ ਵੀ ਸੈਲਰਸ ਨੂੰ ਜ਼ਿਆਦਾ ਬੈਨੀਫਿਟ ਆ, ਸੋ ਉਹ ਕਿਉਂ ਬੈਨੀਫਿਟ ਆ ਉਹ ਟਾਈਮ ਦੇ ਵਿੱਚ ਸੈਲਰਸ ਨੂੰ ਹੀ ਜ਼ਿਆਦਾ ਬੈਨੀਫਿਟ ਐਜ਼ ਕੰਪੇਅਰ ਟੂ ਬਾਇਰਸ? ਇਹਦੇ 'ਚ ਇਹ ਆ ਰਾਖੀ ਜੀ ਕਿ ਇਹ ਨਹੀਂ ਕਿ ਇਕੱਲਾ ਸੈਲਰਸ ਨੂੰ ਹੀ ਬੈਨੀਫਿਟ ਆ, ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਵੀ ਆਪਾਂ ਕੋਈ ਪ੍ਰੋਪਰਟੀ ਸੈੱਲ ਕਰਦੇ ਹਾਂ, ਰਾਈਟ ਜੀ, ਉਹਦੇ 'ਚ ਕੋਈ ਨਾ ਕੋਈ ਕਾਰਨ ਹੁੰਦਾ ਕਿ ਆਪਾਂ ਪ੍ਰੋਪਰਟੀ ਕਿਉਂ ਸੈੱਲ ਕਰਦੇ ਹਾਂ। ਜਾਂ ਤਾਂ ਉਹ ਜੇ ਆਪਣੀ ਇਨਵੈਸਟਮੈਂਟ ਪ੍ਰੋਪਰਟੀ ਆ ਤਾਂ ਹੋ ਸਕਦਾ ਕਿ ਆਪਾਂ ਉਹਨੂੰ ਸੈੱਲ ਕਰ ਦਈਏ, ਅੱਗੇ ਆਪਾਂ ਕੋਈ ਪ੍ਰੋਪਰਟੀ ਨਹੀਂ ਬਾਏ ਕਰਨੀ, ਬਟ ਬਹੁਤ ਵਾਰ ਇਹ ਹੁੰਦਾ ਕਿ ਆਪਾਂ ਉਹ ਪ੍ਰੋਪਰਟੀ ਸੈੱਲ ਕਰਕੇ ਅੱਗੇ ਕੋਈ ਪ੍ਰੋਪਰਟੀ ਬਾਏ ਕਰਨੀ ਹੁੰਦੀ ਆ। ਜੇ ਆਪਾਂ ਸੈਲਰ ਹਾਂ ਤਾਂ ਐਟ ਦਾ ਸੇਮ ਟਾਈਮ ਆਪਾਂ ਬਾਇਰ ਵੀ ਹਾਂ ਆਪਾਂ ਕਿਸੇ ਪ੍ਰੋਪਰਟੀ ਦੇ। ਸੋ ਉਹਦੇ 'ਚ ਮੈਨੂੰ ਇਹ ਲੱਗਦਾ ਕਿ ਮਾਰਕੀਟ ਕੋਈ ਬਹੁਤ ਜ਼ਿਆਦਾ ਤੁਹਾਡੇ ਲਈ ਫਰਕ ਨਹੀਂ ਪਾਉਂਦੀ ਗੀ। ਜੇ ਤੁਸੀਂ ਇੱਕ ਸਾਈਡ 'ਤੇ ਆਪਣਾ ਘਰ ਮਹਿੰਗਾ ਵੇਚਦੇ ਹੋ ਤਾਂ ਦੂਸਰੀ ਸਾਈਡ 'ਤੇ ਤੁਸੀਂ ਲੈਣਾ ਵੀ ਮਹਿੰਗਾ ਹੀ ਆ ਜੀ, ਕਿਉਂਕਿ ਮਾਰਕੀਟ ਨੇ ਦੋਨੇ ਪਾਸੇ ਪਾਰਟ ਪਲੇ ਕਰਨਾ। ਸੋ ਇਸ ਕਰਕੇ ਇਹ ਜਿਹੜੀ ਮਾਰਕੀਟ ਹੈ ਇਹ ਬੜਾ, ਜਿਵੇਂ ਕਹਿ ਲਓ ਕਿ ਕਹਿਣਾ ਮੁਸ਼ਕਲ ਆ ਕਿ ਕਿਹੜੇ ਬੰਦੇ ਨੂੰ ਬੈਨੀਫਿਟ ਕਰ ਸਕਦੀ ਹੈ ਇਹ। ਹਾਂ, ਮਤਲਬ ਦੇਖੋ ਜਿਹੜਾ ਘਰ ਆ ਇਹ ਹਰ ਬੰਦੇ ਦੀ ਇੱਕ ਬੇਸਿਕ ਨੈਸੈਸਿਟੀ ਪੂਰੀ ਕਰਦਾ, ਮਤਲਬ ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾ ਗਾ ਵੀ ਹਾਂ ਆਪਾਂ ਇੱਕ ਲਗੀਏ ਕਿ ਅੱਜ ਆਪਾਂ ਘਰ ਵੇਚਤਾ, ਸਵੇਰੇ ਨਵਾਂ ਲੈ ਲਿਆ, ਪਰਸੋਂ ਜਿੱਦਾਂ ਸਟੋਕ ਦੀ ਤਰ੍ਹਾਂ ਸਵੇਰੇ ਵੇਚਤਾ, ਸ਼ਾਮ ਨੂੰ ਲੈ ਲਿਆ, ਇੱਦਾਂ ਦੀ ਘਰਾਂ ਦੇ ਵਿੱਚ ਆਪਸ਼ਨ ਨਹੀਂ ਹੈ। ਸੋ ਇਹ ਕਿਤੇ ਨਾ ਕਿਤੇ ਜਾ ਕੇ ਮਤਲਬ ਜਿਹੜਾ ਮਾਰਕੀਟ ਦਾ ਇਫੈਕਟ ਆ, ਤੁਸੀਂ ਉਹਨੂੰ ਇਹ ਨਹੀਂ ਕਹਿ ਸਕਦੇ ਵੀ ਇਹ ਮਾਰਕੀਟ ਦਾ 100% ਸਾਨੂੰ ਹੀ ਬੈਨੀਫਿਟ ਹੋ ਜਾਏਗਾ ਐਜ ਏ ਸੈਲਰ ਜਾਂ ਐਜ ਏ ਬਾਇਰ। ਉਹਨੇ ਤੁਹਾਡੇ 'ਤੇ, ਮਾਰਕੀਟ ਨੇ ਕਿਤੇ ਨਾ ਕਿਤੇ ਦੋਨੇ ਪਾਸੇ ਤੁਹਾਡੇ 'ਤੇ ਉਹਨੇ ਪ੍ਰਭਾਵ ਪਾਉਣਾ ਹੀ ਪਾਉਣਾ ਜੀ। ਜੀ ਸਰ, ਜਿੱਦਾਂ ਕਿ ਅਸੀਂ ਪਿਛਲੀ ਵਾਰ ਇਹ ਵੀ ਗੱਲ ਕਰ ਰਹੇ ਸੀਗੇ ਵੀ ਜਿਹੜੇ ਸਮਾਲ ਟਾਊਨ ਹਾਊਸਿਸ ਹੁੰਦੇ ਨੇ ਜਾਂ ਕੋਂਡੋ ਮਾਰਕੀਟ ਹੁੰਦੇ ਨੇ, ਸੋ ਇਹਦੇ ਉੱਤੇ ਇਹਦੇ ਕੋਈ ਪ੍ਰਾਈਸ ਦੇ ਵਿੱਚ ਉਤਾਰ ਜਾਂ ਚੜਾਅ ਆਇਆ ਆ ਤੁਹਾਡੇ ਅਕੋਰਡਿੰਗ GTA ਦੇ ਵਿੱਚ? ਜਿਸ ਤਰ੍ਹਾਂ ਕਿ ਰਾਖੀ ਜੀ, ਪ੍ਰਾਈਸਿਸ ਦੇ ਬਾਰੇ ਇਹ ਆ ਕਿ ਪ੍ਰਾਈਸਿਸ ਮਾਰਕੀਟ ਦੇ ਵਿੱਚ ਜ਼ਰੂਰ ਬੂਸਟ ਹੋਏ ਆ, ਉੱਪਰ ਗਏ ਆ। ਇਨਫੈਕਟ ਕਾਫੀ ਲੋਕਾਂ ਨੇ, ਮਤਲਬ ਸਾਨੂੰ ਵੀ ਕਾਫੀ ਲੋਕ ਕੁਐਸਚਨ ਕਰਦੇ ਨੇ, ਮਤਲਬ ਫੋਨ ਵੀ ਆਉਂਦੇ ਆ ਕਿ ਜਿਹੜੀ ਕੌਂਡੋ ਮਾਰਕੀਟ ਆ GTA ਦੇ ਵਿੱਚ ਉਹਦੇ 'ਤੇ ਕਿਸ ਤਰ੍ਹਾਂ ਦਾ ਇਸ ਚੀਜ਼ ਦਾ ਪ੍ਰਭਾਵ ਪੈ ਰਿਹਾ। ਕਈ ਲੋਕਾਂ ਨੂੰ ਇਹ ਲੱਗ ਰਿਹਾ ਕਿ ਸ਼ਾਇਦ ਕੌਂਡੋ ਮਾਰਕੀਟ ਦੇ ਜਿਹੜੇ ਪ੍ਰਾਈਸਿਸ ਨੇ ਬਹੁਤ ਥੱਲੇ ਚਲੇ ਗਏ ਆ। ਉਹਦੇ 'ਚ ਦੇਖੋ ਥੋੜ੍ਹਾ ਜਿਹਾ ਇੰਪੈਕਟ ਤਾਂ ਹੈ ਕੌਂਡੋ ਮਾਰਕੀਟ 'ਤੇ, ਜਿਹੜਾ ਡਾਊਨ ਟਾਊਨ ਦੀ ਕੌਂਡੋ ਮਾਰਕੀਟ ਆ, ਨਾ ਕਿ ਬਾਕੀ ਸਾਰੇ ਏਰੀਆ ਦੀ, ਪਰਟੀਕੁਲਰਲੀ ਡਾਊਨ ਟਾਊਨ ਦੀ ਮਾਰਕੀਟ। ਠੀਕ ਹੈ ਸਰ। ਡਾਊਨ ਟਾਊਨ ਦੀ ਜਿਹੜੀ ਮਾਰਕੀਟ ਆ ਰਾਖੀ ਜੀ, ਉਹਦਾ ਉਹਦੇ 'ਤੇ ਥੋੜ੍ਹਾ ਜਿਹਾ ਇੰਪੈਕਟ ਪੈਣ ਦਾ ਕਾਰਨ ਇੱਕ ਇਹ ਆ ਕਿ ਬਹੁਤ ਲੋਕ ਸੀ ਜਿਹੜੇ ਪਹਿਲਾਂ ਡਾਊਨ ਟਾਊਨ 'ਚ ਕੰਮ ਕਰਦੇ ਸੀ, ਬਿਲਕੁਲ, ਔਰ ਉਹ ਹੁਣ ਜਦੋਂ ਦਾ ਮਤਲਬ ਕੋਵਿਡ-19 ਕਰਕੇ ਉਹ ਹੋਮ ਆਫਿਸ ਤੋਂ ਕੰਮ ਕਰ ਰਹੇ ਆ, ਬਹੁਤ ਲੋਕ ਨੇ ਜਿਹੜੇ ਉੱਥੋਂ ਬਾਹਰ ਮੂਵ ਕਰ ਗਏ ਆ ਜੀ। ਸੋ ਉਹਦੇ ਕਰਕੇ ਕੀ ਹੋਇਆ, ਡਾਊਨ ਟਾਊਨ ਦੇ ਵਿੱਚ ਜਿਹੜੀ ਥੋੜ੍ਹੀ ਰੈਂਟਲ ਡਿਮਾਂਡ ਸੀ ਉਹ ਥੋੜ੍ਹੀ ਜਿਹੀ ਥੱਲੇ ਆ ਗਈ। ਔਰ ਦੂਸਰਾ ਇੱਕ ਇਹ ਸੀਗਾ ਕਿ ਟੋਰਾਂਟੋ ਡਾਊਨ ਟਾਊਨ ਦੇ ਵਿੱਚ ਐਵਰੀ ਡੇ, ਜਿਵੇਂ ਆਪਾਂ ਕਹਿ ਲਈਏ ਕਿ ਬਾਹਰ ਤੋਂ ਬਹੁਤ ਲੋਕ ਆਉਂਦੇ ਸੀ, ਜਿਹੜੇ ਕਿ ਇੱਥੇ ਵਿਜ਼ਿਟਰਸ ਆਉਂਦੇ ਸੀ, ਘੁੰਮਣ ਫਿਰਨ ਆਉਂਦੇ ਸੀਗੇ ਵਿਜ਼ਿਟ ਕਰਨ ਵਾਸਤੇ, ਉਹ ਜਿਹੜਾ ਨੰਬਰ ਆ ਉਹ ਨੰਬਰ ਵੀ ਡਾਊਨ ਗਿਆ। ਜਿਸ ਤਰ੍ਹਾਂ ਹੁਣ Airbnb ਬਹੁਤ ਬਿਲਡ ਯੂਨਿਟ ਸੀਗੇ ਜਿਹੜੇ ਉਹਨਾਂ ਨੇ ਲਏ ਹੋਏ ਸੀਗੇ, ਮਤਲਬ ਉਹ ਰੈਂਟ ਕਰਦੇ ਸੀਗੇ, ਉਸ ਡਿਮਾਂਡ ਦੇ ਵਿੱਚ ਥੋੜ੍ਹੀ ਜਿਹੀ ਡੈਫੀਨੇਟਲੀ ਕਮੀ ਹੋਈ ਆ। ਜਦੋਂ ਮਾਰਕੀਟ ਦੇ ਵਿੱਚ ਕੋਈ ਨਾ ਕਿਸੇ ਚੀਜ਼ ਦੀ ਡਿਮਾਂਡ 'ਚ ਕਮੀ ਹੁੰਦੀ ਆ ਤਾਂ ਓਬਵੀਅਸਲੀ ਸਪਲਾਈ ਆ ਜਿਹੜੀ ਅਗਰ ਉਨੀ ਹੋਈ ਆ ਤਾਂ ਉਹਦੇ 'ਤੇ ਫਰਕ ਪਏਗਾ ਹੀ ਪਏਗਾ ਪ੍ਰਾਈਸ 'ਤੇ। ਤੋ ਇੱਦਾਂ ਦੀ ਕੋਈ ਐਸੀ ਵੀ ਗੱਲ ਨਹੀਂ ਹੈ ਕਿ ਵੀ ਜੇ ਆਪਾਂ ਕਹੀਏ ਕਿ ਵੀ ਜੇ ਕੋਈ ਯੂਨਿਟ ਸੀਗਾ ਪਹਿਲਾਂ 7 ਲੱਖ ਦਾ ਸੀ ਅਤੇ ਅੱਜ ਉਹ ਹਾਫ ਹੋ ਗਿਆ, ਇਹੋ ਜਿਹਾ ਵੀ ਕੁਛ ਨਹੀਂ ਹੈ ਟੋਰਾਂਟੋ ਮਾਰਕੀਟ ਦੇ ਵਿੱਚ। ਹਾਂ, ਇੰਨਾ ਕੁ ਜ਼ਰੂਰ ਆ ਕਿ ਜੇ ਤੁਸੀਂ ਇਹ ਕਹਿ ਲਓ ਕਿ ਪਹਿਲਾਂ ਕਿਸੇ ਬਿਲਡਿੰਗ ਦੇ ਵਿੱਚ ਮੰਨ ਲਓ 5 ਜਾਂ 7 ਯੂਨਿਟ ਅਵੇਲੇਬਲ ਹੁੰਦੇ ਸੀ ਐਟ ਏ ਟਾਈਮ, ਤਾਂ ਹੁਣ ਸੇਮ ਬਿਲਡਿੰਗ ਦੇ ਵਿੱਚ 10 ਤੋਂ 15 ਜਾਂ 20 ਯੂਨਿਟ ਅਵੇਲੇਬਲ ਨੇ। ਠੀਕ ਹੈ ਜੀ, ਸਪਲਾਈ ਵੱਧ ਗਈ, ਸਪਲਾਈ ਵੱਧ ਗਈ ਆ। ਅੱਛਾ, ਜਦੋਂ ਸਪਲਾਈ ਵੱਧ ਜਾਂਦੀ ਆ ਜੀ, ਉਦੋਂ ਇਹ ਹੁੰਦਾ ਕਿ ਕਈ ਸੈਲਰਸ ਇੱਦਾਂ ਦੇ ਵੀ ਹੁੰਦੇ ਆ ਕਿ ਜਿਨ੍ਹਾਂ ਲਈ ਬਹੁਤ ਜ਼ਰੂਰੀ ਹੁੰਦਾ ਯੂਨਿਟ ਨੂੰ ਵੇਚਣਾ, ਉਹ ਸਮਟਾਈਮਸ ਯੂਨਿਟ ਨੂੰ ਘੱਟ ਪ੍ਰਾਈਸ 'ਤੇ ਵੀ ਥੋੜ੍ਹਾ ਸੈੱਲ ਕਰ ਜਾਂਦੇ ਨੇ। ਠੀਕ ਹੈ ਜੀ, ਉਹਦੇ ਨਾਲ ਜੇ ਆਪਾਂ ਇਹ ਗੱਲ ਕਹੀਏ ਕਿ ਵੀ ਓਵਰਆਲ ਮਾਰਕੀਟ 'ਚ ਬਹੁਤ ਵੱਡੀ ਚੇਂਜ ਆਈ ਆ, ਉਹ ਨਹੀਂ ਆਏਗੀ। ਹਾਂ, ਇਹ ਜ਼ਰੂਰ ਹੈ ਕਿ ਟਾਈਮਲੀ ਸਪਲਾਈ
ਮੈਨੂੰ ਕਾਫੀ ਡਿਵੈਲਪਰਸ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਨਵੀਆਂ ਬਿਲਡਿੰਗਸ ਦੇ ਵਾਸਤੇ ਵੀ ਜੀ ਇੱਥੇ ਜਿਹੜੇ ਡਿਵੈਲਪਰਸ ਵੀ ਨੇ ਨਾ ਜੀ ਉਹ ਬੜੀ ਸਮਝਦਾਰੀ ਨਾਲ ਬਿਲਡਿੰਗਸ ਬਣਾਉਂਦੇ ਨੇ ਇੱਥੇ ਇਸ ਤਰ੍ਹਾਂ ਨਹੀਂ ਹੈ ਜੀ ਕਿ ਮੇਰੇ ਕੋਲ ਲੈਂਡ ਹੈਗੀ ਆ ਤਾਂ ਹਾਂ ਜੀ ਮੇਰੇ ਕੋਲ ਚਾਰ ਪੈਸੇ ਆ ਤਾਂ ਹੁਣ ਮੈਂ ਸਵੇਰੇ ਇੱਥੇ ਬਿਲਡਿੰਗ ਖੜੀ ਕਰਦੇ ਹਾਂ ਇਹੋ ਜਿਹਾ ਕੋਈ ਕੋਨਸੈਪਟ ਨਹੀਂ ਹੈ ਜੀ ਡਿਵੈਲਪਰ ਪਹਿਲਾਂ ਉਸ ਏਰੀਏ ਦੀ ਸਟੱਡੀ ਕਰਾਉਂਦੇ ਆ ਜੀ ਕਿ ਇੱਥੇ ਅਗਰ ਅਸੀਂ ਬਿਲਡਿੰਗ ਬਣਾਉਣੀ ਆ ਤਾਂ ਉਹ ਜਿਹੜੀ ਬਿਲਡਿੰਗ 'ਚ ਕਿਸ ਤਰ੍ਹਾਂ ਦਾ ਬਾਇਰ ਹੋਏਗਾ ਇਸ ਜੋਗ੍ਰਾਫੀਕਲ ਲੋਕੇਸ਼ਨ 'ਤੇ ਲੋਕਾਂ ਦਾ ਇਨਕਮ ਦਾ ਲੈਵਲ ਕੀ ਆ ਉਹ ਕਿਸ ਤਰ੍ਹਾਂ ਦੀ ਡਿਮਾਂਡ ਹੋਏਗੀ ਇੱਥੇ ਵਨ ਬੈਡਰੂਮ ਦੇ ਯੂਨਿਟ ਦੀ ਜ਼ਿਆਦਾ ਡਿਮਾਂਡ ਹੋਏਗੀ ਜਾਂ ਦੋ ਬੈਡਰੂਮ ਦੇ ਯੂਨਿਟ ਦੀ ਜ਼ਿਆਦਾ ਡਿਮਾਂਡ ਹੋਏਗੀ ਔਰ ਉਸ ਤੋਂ ਬਿਨਾਂ ਸਿਟੀ ਦੀ ਵੀ ਕਾਫੀ ਇਨਵੋਲਵਮੈਂਟ ਹੁੰਦੀ ਹੈ ਸਿਟੀ ਵੀ ਉੱਥੇ ਆਪਣਾ ਵਿਜ਼ਨ ਦੱਸਦਾ ਕਿ ਅਸੀਂ ਇੱਥੇ ਇਸ ਤਰ੍ਹਾਂ ਦੀ ਜਿਹੜੀਆਂ ਨੇ ਬਿਲਡਿੰਗਸ ਚਾਹੁੰਦੇ ਹਾਂ ਜਾਂ ਇਸ ਤਰ੍ਹਾਂ ਦਾ ਇਹ ਨੇਬਰਹੁੱਡ ਚਾਹੁੰਦੇ ਹਾਂ ਸੋ ਇੱਥੇ ਜਿਹੜੀਆਂ ਚੀਜ਼ਾਂ ਨੇ ਕਾਫੀ ਜਿਹਨੂੰ ਕਹਿ ਲਓ ਕਿ ਸਮਝਦਾਰੀ ਨਾਲ ਕੀਤੀਆਂ ਜਾਂਦੀਆਂ ਨੇ ਸੋ ਇਸ ਕਰਕੇ ਮਾਰਕੀਟ ਦੇ ਵਿੱਚ ਇੱਥੇ ਕੋਈ ਡਰਾਸਟਿਕ ਚੇਂਜ ਆਉਣੀ ਮੈਨੂੰ ਕੋਈ ਲੱਗਦਾ ਨਹੀਂ ਕਿ ਇੱਦਾਂ ਕੁਛ ਹੋਏਗਾ ਕਿ ਆਪਾਂ ਇੱਕ ਚੀਜ਼ ਕਹੀਏ ਕਿ ਅੱਜ ਇੱਕ ਚੀਜ਼ $1,000 ਦੀ ਹੈ ਅਤੇ ਕੱਲ੍ਹ ਨੂੰ ਉਹੀ ਚੀਜ਼ $100 ਦੀ ਹੋ ਜਾਏਗੀ ਇਹੋ ਜਿਹਾ ਕੁਛ ਨਹੀਂ ਮੈਨੂੰ ਨਜ਼ਰ ਆਉਂਦਾ ਠੀਕ ਹੈ ਸਰ ਜੇ ਹੁਣ ਆਪਾਂ ਏਰੀਆ ਦੀ ਜਿੱਦਾਂ ਗੱਲ ਕਰ ਰਹੇ ਸੀਗੇ ਤੁਸੀਂ ਵੀ ਮੈਨੂੰ ਦੱਸਿਆ ਵੀ ਜਿਹੜੇ ਬਿਲਡਰਸ ਹੁੰਦੇ ਨੇ ਵੀ ਉਹ ਵੀ ਏਰੀਆ ਵਾਈਜ਼ ਆਪਣੀ ਚੀਜ਼ਾਂ ਨੂੰ ਬਣਾਉਂਦੇ ਨੇ ਆਪਣੀ ਪ੍ਰੋਪਰਟੀ ਬਿਲਕੁਲ ਸਟੱਡੀ ਕਰਦੇ ਨੇ ਜਾਂ ਸਟੱਡੀ ਕਰਕੇ ਫਿਰ ਉਹ ਬਣਾਉਂਦੇ ਨੇ ਸੋ ਮੈਂ ਏਰੀਆ ਵਾਈਜ਼ ਹੀ ਮੇਰੇ ਦਿਮਾਗ 'ਚ ਇਹ ਕੁਐਸਚਨ ਆਇਆ ਵੀ ਏਰੀਆ ਵਾਈਜ਼ ਜੇ ਆਪਾਂ ਗੱਲ ਕਰੀਏ ਤਾਂ ਜੇ ਆਪਾਂ ਇੱਧਰਲੇ ਸਾਈਡ ਦੇਖੀਏ ਬ੍ਰੈਂਪਟਨ ਸਾਈਡ ਕੈਲੇਡਨ ਸਾਈਡ ਜਾਂ ਮਿਸਿਸਾਗਾ ਸਾਈਡ ਜਿੱਥੇ ਕਿ ਇੱਕ ਪੰਜਾਬੀਆਂ ਨੇ ਪੰਜਾਬੀਆਂ ਦਾ ਗੜ੍ਹ ਬਣਿਆ ਹੋਇਆ ਆ ਉਹਨੂੰ ਮੰਨਿਆ ਜਾਂਦਾ ਆ ਇਹ ਏਰੀਆ ਦੇ ਵਿੱਚ ਮੇਰੇ ਅਕੋਰਡਿੰਗ ਮੈਨੂੰ ਲੱਗਦਾ ਆ ਵੀ ਪ੍ਰਾਈਸਿਸ ਬਹੁਤ ਜ਼ਿਆਦਾ ਨੇ ਪ੍ਰੋਪਰਟੀਜ਼ ਦੇ ਐਜ਼ ਕੰਪੇਅਰ ਟੂ ਜੇ ਆਪਾਂ ਇਹਨਾਂ ਏਰੀਆ ਤੋਂ ਥੋੜ੍ਹਾ ਜਿਹਾ ਬਾਹਰ ਜਾਂਦੇ ਹਾਂ ਜੇ ਆਪਾਂ ਨੌਰਥ ਯੋਰਕ ਸਾਈਡ ਚੱਲ ਜਾਈਏ ਜਾਂ ਵਾਟਰਲੂ ਸਾਈਡ ਚੱਲ ਜਾਈਏ ਲੰਡਨ ਸਾਈਡ ਚੱਲ ਜਾਈਏ ਥੋੜ੍ਹਾ ਜਿਹਾ ਬਾਹਰ ਚੱਲ ਜਾਈਏ ਕੈਂਬਰਿਜ ਸਾਈਡ ਸੋ ਇਹਦੇ ਕੀ ਰੀਜ਼ਨਸ ਨੇ ਸਰ ਉਹਦੇ ਜਿਹੜਾ ਸਭ ਤੋਂ ਵੱਡੀ ਗੱਲ ਆ ਰਾਖੀ ਜੀ ਜਿਸ ਤਰ੍ਹਾਂ ਕਿ ਸਪਲਾਈ ਐਂਡ ਡਿਮਾਂਡ ਕਿਉਂਕਿ ਹੁਣ ਜਿਸ ਤਰ੍ਹਾਂ ਬ੍ਰੈਂਪਟਨ ਮਿਸੀਸਾਗਾ ਇਸ ਏਰੀਏ ਦੇ ਵਿੱਚ ਵੀ ਮਿਸਾਗਾ ਦੇ ਵਿੱਚ ਤਾਂ ਤੁਸੀਂ ਕਹੋ ਕਿ ਆਲਮੋਸਟ ਲੈਂਡ ਹੁਣ ਫਿਨਿਸ਼ ਹੁੰਦੀ ਜਾ ਰਹੀ ਆ ਲੈਂਡ ਅਵੇਲੇਬਲ ਹੀ ਨਹੀਂ ਹੈ ਅੱਛਾ ਜਦੋਂ ਲੈਂਡ ਅਵੇਲੇਬਲ ਨਹੀਂ ਹੈ ਤਾਂ ਉੱਥੇ ਡੈਫੀਨੇਟਲੀ ਜਿਹੜੇ ਨਵੇਂ ਯੂਨਿਟਸ ਆ ਨਵੇਂ ਘਰ ਬਣਨੇ ਨੀਗੇ ਜੇ ਬਣਨਗੇ ਤਾਂ ਜਿਹੜੀ ਥੋੜ੍ਹੀ ਬਹੁਤ ਅਵੇਲੇਬਲ ਆ ਉਹ ਤਾਂ ਪ੍ਰਾਈਸ ਜ਼ਿਆਦਾ ਕਿਉਂਕਿ ਕੰਸਟਰਕਸ਼ਨ ਕੋਸਟ ਆ ਜਿਹੜੀ ਉਹ ਤਾਂ ਸੇਮ ਆ ਜੀ ਚਾਹੇ ਤੁਸੀਂ ਵਾਟਰਲੂ 'ਚ ਘਰ ਬਣਾ ਲਓ ਚਾਹੇ ਮਿਸਾਗਾ 'ਚ ਬਣਾ ਲਓ ਚਾਹੇ ਤੁਸੀਂ ਬ੍ਰੈਂਪਟਨ 'ਚ ਬਣਾ ਲਓ ਮੇਨ ਲੈਂਡ ਦੀ ਕੋਸਟ ਆ ਔਰ ਪਲੱਸ ਡਿਮਾਂਡ ਕਿੰਨੀ ਗਾ ਬਿਲਡਰ ਕੀ ਨੇ ਜਿੱਥੇ ਡਿਮਾਂਡ ਜ਼ਿਆਦਾ ਹੁੰਦੀ ਆ ਉੱਥੇ ਉਹ ਮਤਲਬ ਪ੍ਰਾਈਸ ਵੀ ਆ ਜਿਹੜਾ ਉਹਦੇ ਮੁਤਾਬਕ ਉਹਦਾ ਡਿਸਾਈਡ ਕਰ ਦਿੰਦੇ ਨੇ ਜੀ ਸੋ ਮੈਂ ਇੱਥੇ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰੂੰਗੀ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਅਸੀਂ ਲੈਂਦੇ ਇੱਕ ਛੋਟਾ ਜਿਹਾ ਬ੍ਰੇਕ ਅਤੇ ਬ੍ਰੇਕ ਤੋਂ ਬਾਅਦ ਫਿਰ ਆਵਾਂਗੇ ਫਿਰ ਇਹੀ ਗੱਲਬਾਤ ਨੂੰ ਅਸੀਂ ਕੰਟੀਨਿਊ ਕਰਾਂਗੇ ਪਰਵੀਨ ਅਰੋੜਾ ਜੀ ਦੇ ਨਾਲ ਪ੍ਰਵਾਸੀ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰਵਾਸੀ ਪ੍ਰੋਪਰਟੀਜ਼ ਦੇ ਸ਼ੋਅ ਦੇ ਵਿੱਚ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਜਿੱਦਾਂ ਕਿ ਅਸੀਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀਗੇ ਪਰਵੀਨ ਜੀ ਦੇ ਨਾਲ ਕਿ ਜਿਹੜਾ ਕੋਂਡੋ ਮਾਰਕੀਟ ਹੈਗਾ ਆ ਜਾਂ ਜੋ ਵੀ ਏਰੀਆ ਵਾਈਜ਼ ਜੋ ਡਿਫਰੈਂਸੀਏਸ਼ਨ ਹੈਗਾ ਆ ਪ੍ਰਾਈਸ ਦਾ ਸਰ ਉਹਦੇ ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਹੋਰ ਡਿਟੇਲ ਦੇ ਵਿੱਚ ਪੁੱਛੂੰਗੀ ਆਪਾਂ ਉਹੀ ਗੱਲ ਨੂੰ ਕੰਟੀਨਿਊ ਕਰਾਂਗੇ ਵੀ ਇਹਦੇ ਰੀਜ਼ਨਸ ਕੀ ਨੇ ਜਿੱਦਾਂ ਕਿ ਤੁਸੀਂ ਥੋੜ੍ਹਾ ਜਿਹਾ ਮੈਂਸ਼ਨ ਕੀਤਾ ਸੀਗਾ ਵੀ ਡਿਮਾਂਡ ਜਿੱਥੇ ਜ਼ਿਆਦਾ ਰਾਈਜ਼ ਹੋ ਰਹੀ ਹੈ ਐਂਡ ਸਪਲਾਈ ਇੰਨੀ ਨਹੀਂ ਗੀ ਉਹਦੇ ਕਰਕੇ ਅਫਕੋਰਸ ਇਹ ਬਹੁਤ ਜ਼ਿਆਦਾ ਸੀ ਗੱਲ ਹੈ ਪ੍ਰਾਈਜ਼ ਵਧੂਗੇ ਵਧੂਗੇ ਇਹਦੇ ਇਲਾਵਾ ਹੋਰ ਕਿਹੜੇ ਕਿਹੜੇ ਰੀਜ਼ਨਸ ਤੁਹਾਨੂੰ ਨਜ਼ਰ ਆਉਂਦੇ ਨੇ ਇਹਦੇ 'ਚ ਦੇਖੋ ਸਭ ਤੋਂ ਬੜੀ ਚੀਜ਼ ਤਾਂ ਇਹ ਆ ਰਾਖੀ ਜੀ ਕਿ ਜਿਹੜੀਆਂ ਇਹ ਮੇਨ ਲੋਕੇਸ਼ਨਸ ਨੇ ਆਈ ਥਿੰਕ ਹਰ ਕਮਿਊਨਿਟੀ ਦੇ ਵਿੱਚ ਇੱਕ ਕਾਮਨ ਚੀਜ਼ ਆ ਕਿ ਜਿਸ ਤਰ੍ਹਾਂ ਪੋਲਿਸ਼ ਲੋਕ ਨੇ ਉਹਨਾਂ ਦੀ ਥੋੜ੍ਹੀ ਪ੍ਰੈਫਰੈਂਸ ਹੁੰਦੀ ਆ ਪੋਲਿਸ਼ ਲੋਕਾਂ ਦੇ ਨੇੜੇ ਰਹਿਣ ਦੀ ਚਾਈਨੀਜ਼ ਲੋਕ ਨੇ ਉਹਨਾਂ ਦੀ ਪ੍ਰੈਫਰੈਂਸ ਹੁੰਦੀ ਆ ਚਾਈਨੀਜ਼ ਲੋਕਾਂ ਦੇ ਨੇੜੇ ਰਹਿਣ ਦੀ ਉਹਦੇ 'ਚ ਕਾਰਨ ਕਈ ਨੇ ਜਿਸ ਤਰ੍ਹਾਂ ਹੁਣ ਆਪਾਂ ਕਹਿ ਲਈਏ ਕਿ ਜਿਸ ਤਰ੍ਹਾਂ ਆਪਣੀ ਇੰਡੀਅਨ ਕਮਿਊਨਿਟੀ ਆ ਆਪਣੀ ਇੰਡੀਅਨ ਕਮਿਊਨਿਟੀ ਦੀ ਜਿਹੜੀ ਪ੍ਰੈਫਰੈਂਸ ਆ ਬ੍ਰੈਂਪਟਨ ਮਿਸੀਸਾਗਾ ਦੇ ਵਿੱਚ ਆ ਉਹਦਾ ਕੀ ਆ ਉੱਥੇ ਆਪਾਂ ਨੂੰ ਆਪਣੀ ਰਿਕੁਆਇਰਮੈਂਟ ਦੇ ਮੁਤਾਬਕ ਆਪਣਾ ਫੂਡ ਆਪਣਾ ਆਪਣੀ ਕਲਚਰ ਦੀਆਂ ਬਾਕੀ ਚੀਜ਼ਾਂ ਆਪਣੇ ਜਿਸ ਤਰ੍ਹਾਂ ਮੰਦਰ ਗੁਰਦੁਆਰੇ ਮਤਲਬ ਉਹ ਸਾਰਾ ਕੁਛ ਉਹਨਾਂ ਏਰੀਆ ਦੇ ਵਿੱਚ ਹੀ ਆ ਆਪਣੇ ਮਤਲਬ ਜਿਸ ਤਰ੍ਹਾਂ ਕਹਿ ਲਓ ਐਲਡਰਸ ਨੂੰ ਪੇਰੈਂਟਸ ਨੂੰ ਉਹਨਾਂ ਨੂੰ ਵੀ ਉਹ ਚੀਜ਼ਾਂ ਕਾਫੀ ਕਨਵੀਨੀਅੰਟ ਹੁੰਦੀਆਂ ਨੇ ਸੋ ਓਬਵੀਅਸਲੀ ਇਹ ਜਿਹੜੀ ਚੀਜ਼ ਆ ਇਹ ਹਰ ਆਦਮੀ ਨੂੰ ਅਟਰੈਕਟ ਕਰਦੀ ਹੈ ਹਰ ਕਮਿਊਨਿਟੀ ਨੂੰ ਅਟਰੈਕਟ ਕਰਦੀ ਆ ਸੋ ਸੇਮ ਚੀਜ਼ ਬ੍ਰੈਂਪਟਨ ਔਰ ਮਿਸੀਸਾਗਾ 'ਚ ਆ ਕੇ ਜਿੱਥੇ ਆਪਣੀ ਕਮਿਊਨਿਟੀ ਨੂੰ ਇਹ ਚੀਜ਼ ਕਾਫੀ ਅਟਰੈਕਟ ਕਰਦੀ ਆ ਅੱਛਾ ਜਦੋਂ ਹੁਣ ਇਹ ਚੀਜ਼ ਅਟਰੈਕਟ ਕਰਦੀ ਆ ਇੱਕ ਚੀਜ਼ ਇਹ ਵੀ ਆ ਕਿ ਜਿਵੇਂ ਕੋਈ ਵੀ ਇਮੀਗ੍ਰੈਂਟ ਆ ਬਾਹਰੋਂ ਆਉਂਦਾ ਜੀ ਹੁਣ ਜਿਵੇਂ ਮੰਨ ਲਓ ਤੁਸੀਂ ਆਏ ਜਾਂ ਮੈਂ ਵੀ ਆਇਆ ਤੁਸੀਂ ਜਿਸ ਏਰੀਏ 'ਚ ਆ ਕੇ ਰਹਿਣ ਲੱਗ ਜਾਂਦੇ ਹੋ ਉਹ ਏਰੀਆ ਹੀ ਤੁਹਾਨੂੰ ਵਧੀਆ ਲੱਗਣ ਲੱਗ ਜਾਂਦਾ ਇਵੈਂਚੁਅਲੀ ਤੁਸੀਂ ਉੱਥੇ ਹੀ ਸੈਟਲ ਹੋ ਜਾਂਦੇ ਹੋ ਤੁਹਾਡੇ ਬੱਚੇ ਉੱਥੇ ਸਕੂਲ ਜਾਣਾ ਸ਼ੁਰੂ ਹੋ ਜਾਂਦੇ ਨੇ ਤੁਸੀਂ ਤੁਹਾਨੂੰ ਆਪਣੀ ਜੋਬ ਵਗੈਰਾ ਜਾਂ ਜੋ ਬਿਜ਼ਨਸ ਜੋ ਵੀ ਆ ਉਹਦੇ ਤੁਸੀਂ ਨਜ਼ਦੀਕ ਹੀ ਸਟਾਰਟ ਕਰ ਲੈਂਦੇ ਹੋ ਮਤਲਬ ਤੁਹਾਡਾ ਉਸ ਏਰੀਏ ਦੇ ਨਾਲ ਇੱਕ ਤਰ੍ਹਾਂ ਦਾ ਲਗਾਓ ਹੋ ਜਾਂਦਾ ਉੱਥੇ ਹੀ ਤੁਸੀਂ ਪ੍ਰੈਫਰ ਕਰਦੇ ਹੋ ਰਹਿਣਾ ਹੁਣ ਜਿੱਥੇ ਇੰਡੀਅਨ ਕਮਿਊਨਿਟੀ ਜ਼ਿਆਦਾ ਵਾ ਤਾਂ ਓਬਵੀਅਸਲੀ ਜਿਹੜੇ ਬਾਹਰੋਂ ਬੰਦੇ ਆਉਣੇ ਆ ਇੰਡੀਆ ਤੋਂ ਉਹਨਾਂ ਨੇ ਉੱਥੇ ਹੀ ਆਉਣਾ ਜਿੱਥੇ ਉਹਨਾਂ ਦੇ ਨੋਨ ਬੰਦੇ ਰਹਿੰਦੇ ਨੇ ਠੀਕ ਹੈ ਜੀ ਉਹ
ਬ੍ਰੈਂਪਟਨ ਔਰ ਮਿਸੀਸਾਗਾ ਦੇ ਵਿੱਚ ਖਾਸ ਕਰਕੇ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਕਾਫੀ ਜ਼ਿਆਦਾ ਡਿਮਾਂਡ ਆ ਆਪਣੇ ਲੋਕਾਂ ਕੰਨੀਓ ਘਰਾਂ ਨੂੰ ਬਾਏ ਕਰਨ ਦੀ। ਅੱਛਾ, ਹੁਣ ਦੂਸਰੀ ਗੱਲ ਇਹ ਹੈ ਕਿ ਜਿਹੜੀਆਂ ਇਸ ਤੋਂ ਬਾਹਰ ਵਾਲੀਆਂ ਜਗ੍ਹਾ ਨੇ ਜਿਸ ਤਰ੍ਹਾਂ ਕੈਂਬਰਿਜ, ਵਾਟਰਲੂ, ਇਹ ਜਿਹੜੀਆਂ ਜਗ੍ਹਾ ਨੇ, ਇਹ ਨਹੀਂ ਹੈ ਕਿ ਇਹਨਾਂ 'ਤੇ ਵੀ ਇੰਪੈਕਟ ਨਹੀਂ ਪਏਗਾ। ਜਿਵੇਂ ਜਿਵੇਂ ਮਾਰਕੀਟ ਦੇ ਵਿੱਚ ਡਿਮਾਂਡ ਵੱਧ ਰਹੀ ਆ ਤਾਂ ਇਹਨਾਂ ਥਾਵਾਂ 'ਤੇ ਵੀ ਜਿਹੜਾ ਇੰਪੈਕਟ ਆ ਇਵੈਂਚੁਅਲੀ ਆਏਗਾ। ਹੁਣ ਤੁਸੀਂ ਦੇਖੋ ਜੇ ਅੱਜ ਤੋਂ 3-4 ਸਾਲ ਪਹਿਲਾਂ ਦੇਖੀਏ ਤਾਂ 3-4 ਸਾਲ ਦੇ ਵਿੱਚ ਮੈਂ ਇੱਕ ਚੀਜ਼ ਨੋਟ ਕੀਤੀ ਹੈ ਕਿ ਕੈਂਬਰਿਜ, ਵਾਟਰਲੂ, ਇਹਨਾਂ ਥਾਵਾਂ 'ਤੇ ਕਿਚਨਰ, ਵੁੱਡ ਸਟਾਕ ਪ੍ਰਾਈਸਿਸ ਦੇ ਵਿੱਚ ਕਾਫੀ ਉੱਥੇ ਵੀ ਗਰੋਥ ਹੋਣੀ ਸ਼ੁਰੂ ਹੋ ਗਈ ਆ, ਕਿਉਂਕਿ ਹੁਣ ਉੱਥੇ ਆਪਣੀ ਕਮਿਊਨਿਟੀ ਉੱਥੇ ਜਾਣਾ ਸ਼ੁਰੂ ਹੋ ਗਈ ਹੈ। ਹੁਣ ਇਵੈਂਚੁਅਲੀ ਹੌਲੀ ਹੌਲੀ ਉੱਥੇ ਆਪਣੇ ਸਟੋਰ, ਰੈਸਟੋਰੈਂਟ, ਮਤਲਬ ਲੋਕਾਂ ਦਾ ਉੱਧਰ ਵਧਣੀਆਂ ਸ਼ੁਰੂ ਹੋ ਗਈਆਂ। ਔਰ ਇੱਕ ਟਾਈਮ ਇਸ ਤਰ੍ਹਾਂ ਦਾ ਆ ਜਾਏਗਾ ਰਾਖੀ ਜੀ, ਮੈਨੂੰ ਲੱਗ ਰਿਹਾ ਕਿ ਆਉਣ ਵਾਲੇ 10-15 ਸਾਲਾਂ ਦੇ ਵਿੱਚ ਜੋ ਚੀਜ਼ਾਂ ਅੱਜ ਬ੍ਰੈਂਪਟਨ, ਮਿਸੀਸਾਗਾ 'ਚ ਹੋ ਰਹੀਆਂ ਨੇ ਉਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਥਾਵਾਂ 'ਤੇ ਵੀ ਹੋਣੀਆਂ ਸ਼ੁਰੂ ਹੋ ਜਾਣਗੀਆਂ। ਔਰ ਬ੍ਰੈਂਪਟਨ, ਮਿਸੀਸਾਗਾ ਜਿੱਦਾਂ ਜਿਵੇਂ ਕਹਿ ਲਓ ਕਿ ਟੋਰਾਂਟੋ ਡਾਊਨ ਟਾਊਨ ਆ, ਇਹ ਉੱਦਾਂ ਮੰਨ ਜਾਣਗੇ ਕਿ ਇੱਥੇ ਘਰ ਲੈਣਾ ਵਾ ਜਿਹੜਾ ਹੋਰ ਵੀ ਕਾਫੀ ਜ਼ਿਆਦਾ ਮਹਿੰਗਾ ਹੋ ਜਾਏਗਾ ਅਤੇ ਮੁਸ਼ਕਲ ਹੋ ਜਾਏਗਾ। ਹਾਂਜੀ ਸਰ, ਇਹਦੇ ਨਾਲ ਹੀ ਮੈਂ ਤੁਹਾਨੂੰ ਪੁੱਛੂੰਗੀ ਵੀ ਤੁਹਾਡੇ ਅਕੋਰਡਿੰਗ ਕਿਹੜੀ ਥਾਂ 'ਤੇ ਘਰ ਲੈਣਾ ਇਸ ਟਾਈਮ 'ਤੇ ਜ਼ਿਆਦਾ ਬੈਨੀਫਿਸ਼ੀਅਲ ਰਹੂਗਾ, ਫਸਟ ਟਾਈਮ ਹੋਮ ਬਾਇਰਸ ਲਈ ਵੀ ਐਂਡ ਜੇ ਕੋਈ ਇਨਵੈਸਟ ਕਰਨ ਦੇ ਪਰਪਸ ਲਈ ਲੈ ਰਿਹਾ ਆ, ਸੋ ਦੋਨਾਂ ਦੇ ਪੁਆਇੰਟ ਆਫ ਵਿਊ ਤੋਂ ਤੁਹਾਡੇ ਲਈ, ਤੁਹਾਡੇ ਅਕੋਰਡਿੰਗ ਕਿਹੜਾ ਸਭ ਤੋਂ ਬੈਸਟ ਰਹੂਗਾ ਏਰੀਆ ਇਨਵੈਸਟ? ਦੇਖੋ, ਜਦੇ ਤਾਂ ਹੈਗੇ ਫਸਟ ਟਾਈਮ ਬਾਇਰ ਰਾਖੀ ਜੀ, ਉਹਨਾਂ ਦੇ ਲਈ ਤਾਂ ਸਭ ਤੋਂ ਇੰਪੋਰਟੈਂਟ ਚੀਜ਼ ਇਹ ਆ ਕਿ ਉਹਨਾਂ ਨੂੰ ਆਪਣੀ ਅਫੋਰਡੇਬਿਲਟੀ ਦੇ ਮੁਤਾਬਕ ਘਰ ਲੈਣਾ ਪਏਗਾ। ਠੀਕ ਹੈ ਜੀ, ਜਿੰਦਾਂ ਦੀ ਉਹਨਾਂ ਦੀ ਅਫੋਰਡੇਬਿਲਟੀ ਆ, ਅਤੇ ਮੈਨੂੰ ਜੇ ਲੱਗਦਾ ਆ ਵੀ ਜਿਹੜੇ ਅਫੋਰਡੇਬਿਲਿਟੀ ਹੈਗੀ ਆ ਉਹ ਥੋੜ੍ਹੇ ਆਊਟਰ ਏਰੀਆ ਦੇ ਵਿੱਚ ਹੀ ਹੈ, ਥੋੜ੍ਹਾ ਜਿਹਾ ਜ਼ਿਆਦਾ, ਕਿਉਂਕਿ ਇੱਥੇ ਮੇਨ ਦੇ ਉੱਪਰ ਘਰ ਕਾਫੀ ਮਹਿੰਗੇ ਹੁੰਦੇ ਜਾ ਰਹੇ ਨੇ ਅਤੇ ਪਹਿਲਾਂ ਲੋਕ ਥੋੜ੍ਹਾ ਜਿਹਾ ਹੈਜੀਟੇਟ ਕਰਦੇ ਸੀਗੇ ਅੱਧਾ ਪੌਣਾ ਘੰਟਾ ਘੰਟੇ ਦੀ ਡਰਾਈਵ ਕਰਨ ਲਈ, ਪਰ ਹੁਣ ਲੋਕ ਜਿਵੇਂ ਕਹੋ ਕਿ ਯੂਜ਼ ਟੂ ਹੁੰਦੇ ਜਾ ਰਹੇ ਆ, ਹੁਣ ਯੂਜ਼ ਟੂ ਹੁੰਦੇ ਜਾ ਰਹੇ ਆ। ਔਰ ਕਿਉਂਕਿ ਸਿਟੀ ਦੇ ਵਿੱਚ ਟ੍ਰੈਫਿਕ ਵੀ ਕਾਫੀ ਵੱਧ ਰਿਹਾ ਵਾ ਅਤੇ ਲੋਕ ਹੁਣ ਅੱਧੇ ਪੌਣੇ ਘੰਟੇ ਘੰਟੇ ਦੀ ਡਰਾਈਵ ਨੂੰ ਮਹਿਸੂਸ ਨਹੀਂ ਕਰਦੇ ਗੇ। ਔਰ ਸੈਕਿੰਡਲੀ ਜਿਹੜੇ ਸੈਲਫ ਇੰਪਲਾਈਡ ਨੇ ਆਪਣੇ ਕਾਫੀ ਜਿਹੜੀ ਆਪਣੀ ਕਮਿਊਨਿਟੀ ਆ ਜਿਸ ਤਰ੍ਹਾਂ ਟਰੈਕਿੰਗ ਵਗੈਰਾ ਦੇ ਬਿਜ਼ਨਸ 'ਚ ਵੀ ਆ, ਉਹਨਾਂ ਨੂੰ ਕੋਈ ਜ਼ਿਆਦਾ ਫਰਕ ਵੀ ਨਹੀਂ ਪੈਂਦਾ, ਚਾਹੇ ਉਹ ਬ੍ਰੈਂਪਟਨ 'ਚ ਰਹਿ ਰਹੇ ਆ ਜਾਂ ਬ੍ਰੈਂਪਟਨ ਤੋਂ ਥੋੜ੍ਹਾ ਬਾਹਰ ਰਹਿ ਰਹੇ ਆ, ਕਿਉਂਕਿ ਡਰਾਈਵਿੰਗ ਦੇ ਲਈ ਉਹਨਾਂ ਨੇ ਕੋਈ ਪੱਕੀ ਕਿਸੇ ਲੋਕੇਸ਼ਨ 'ਤੇ ਤਾਂ ਜਾਣਾ ਨਹੀਂ ਹੁੰਦਾ ਗਾ। ਸੋ ਇਹ ਚੀਜ਼ ਆ ਜਿਹੜੀ ਉਹ ਵੀ ਉਹਨਾਂ ਲੋਕੇਸ਼ਨਸ ਨੂੰ ਕਾਫੀ ਹੈਲਪ ਕਰ ਰਹੀ ਆ। ਔਰ ਦੂਸਰਾ ਇੱਕ ਜਿਹੜੀ ਇਨਵੈਸਟਰਸ ਨੇ, ਇਨਵੈਸਟਰਸ ਨੂੰ ਕੀ ਆ, ਜਿੱਥੇ ਜਿੱਥੇ ਡਿਮਾਂਡ ਵੱਧਦੀ ਆ ਇਨਵੈਸਟਰ ਹਮੇਸ਼ਾ ਉੱਥੇ ਜਾਂਦੇ ਨੇ ਜੀ। ਹੁਣ ਜਿਸ ਤਰ੍ਹਾਂ ਉਹਨਾਂ ਏਰੀਆ ਦੇ ਵਿੱਚ ਡਿਮਾਂਡ ਵੱਧ ਰਹੀ ਆ ਤਾਂ ਓਬਵੀਅਸਲੀ ਜਿਹੜੇ ਇਨਵੈਸਟਰਸ ਨੇ ਉਹ ਵੀ ਉਹਨਾਂ ਥਾਵਾਂ 'ਤੇ ਕਾਫੀ ਇਨਵੈਸਟਮੈਂਟਸ ਜਿਹੜੇ ਆਉਣ ਵਾਲੇ ਟਾਈਮ 'ਚ ਹੁਣ ਵੀ ਕਰ ਰਹੇ ਨੇ, ਆਉਣ ਵਾਲੇ ਟਾਈਮ 'ਚ ਮੈਨੂੰ ਲੱਗ ਰਿਹਾ ਕਿ ਇਨਵੈਸਟਮੈਂਟਸ ਹੋਰ ਵੱਧ ਜਾਣਗੀਆਂ, ਜ਼ਿਆਦਾ ਹੋ ਜਾਣਗੀਆਂ। ਹਾਂਜੀ ਸੋ ਸਰ, ਤੁਹਾਡੇ ਵੀ ਕੋਈ ਪ੍ਰੋਜੈਕਟਸ ਨੇ ਆਊਟਰ ਆਫ ਬ੍ਰੈਂਪਟਨ ਔਰ ਮਿਸੀਸਾਗਾ ਏਰੀਆ ਜਿਹੜੇ ਤੁਸੀਂ ਲੈ ਕੇ ਆ ਰਹੇ ਹੋ? ਰਾਖੀ ਜੀ, ਜਿਸ ਤਰ੍ਹਾਂ ਕਿ ਆਪਾਂ ਕੁਛ ਵੀਕ ਪਹਿਲਾਂ ਆਪਾਂ ਗੱਲ ਕੀਤੀ ਸੀ ਕਿ ਸਾਡੀ ਪ੍ਰੀ ਕੰਸਟਰਕਸ਼ਨ ਦੀ ਵੀ ਟੀਮ ਆ ਕਿ ਜੋ ਡੈਡੀਕੇਟਲੀ ਮਤਲਬ ਪ੍ਰੀ ਕੰਸਟਰਕਸ਼ਨ ਦਾ ਇਹ ਕੰਮ ਦੇਖਦੀ ਆ, ਬ੍ਰੈਂਪਟਨ, ਮਿਸੀਸਾਗਾ ਇਹਨਾਂ ਥਾਵਾਂ 'ਤੇ ਤਾਂ ਕਾਫੀ ਪ੍ਰੋਜੈਕਟਸ ਕਰਦੇ ਹਾਂ, ਇਸ ਤੋਂ ਬਾਅਦ ਵੀ ਕਾਫੀ ਪ੍ਰੋਜੈਕਟ ਕੀਤੇ ਆ, ਹੋਰ ਵੀ ਕਰ ਰਹੇ ਹਾਂ, ਬਟ ਇੱਕ ਦੋ ਪ੍ਰੋਜੈਕਟਸ ਬਾਰੇ ਮੈਂ ਜ਼ਰੂਰ ਦੱਸਣਾ ਚਾਹਾਂਗਾ। ਇੱਕ ਤਾਂ ਕੈਂਬਰਿਜ ਦੇ ਵਿੱਚ ਸਾਡੇ ਕੋਲ ਹੈ, ਮਤਲਬ ਉਹ ਫੇਸ 1 ਅਸੀਂ ਆਲਰੇਡੀ ਸੈੱਲ ਕਰ ਚੁੱਕੇ ਹਾਂ ਔਰ ਉਹਦਾ ਫੇਸ 2 ਹੁਣ ਆਉਣ ਵਾਲਾ ਜੀ ਉਹਦਾ। ਉਹਦੇ 'ਚ ਸਾਡੇ ਕੋਲ ਟਾਊਨ ਹਾਊਸ, ਸੈਮੀ ਡਿਟੈਚ ਅਤੇ ਡਿਟੈਚ ਪ੍ਰੋਪਰਟੀਜ਼ ਨੇ ਜੀ। ਔਰ ਉਹਦੇ 'ਚ ਇੱਕ ਜਿਹੜੀ ਇੰਟਰਸਟਿੰਗ ਚੀਜ਼ ਆ ਉਹ ਰਾਖੀ ਜੀ ਇਹ ਆ ਕਿ ਉੱਥੇ 50 ਫੀਟ ਦੇ ਲੋਟਸ ਵੀ ਸਾਡੇ ਕੋਲ ਅਵੇਲੇਬਲ ਨੇ, ਜਿਹੜੇ 50 ਫੀਟ ਦੇ ਲੋਟ ਆ ਬ੍ਰੈਂਪਟਨ ਦੇ ਵਿੱਚ ਕਾਫੀ ਐਕਸਪੈਂਸਿਵ ਨੇ ਜੀ, ਮਿਲਦਾ ਨਹੀਂ ਜਲਦੀ ਪਹਿਲਾਂ ਤਾਂ ਕਹਿ ਲਓ, ਅਗਰ ਮਿਲਦੇ ਵੀ ਆ ਤਾਂ ਕਾਫੀ ਐਕਸਪੈਂਸਿਵ ਨੇ ਨਵੇਂ ਘਰ ਜੀ। ਔਰ ਆਪਣੀ ਕਮਿਊਨਿਟੀ ਦਾ ਕਾਫੀ ਝੁਕਾਅ ਹੁੰਦਾ ਵੱਡੇ ਘਰ ਦੇ ਲਈ, ਮਤਲਬ ਵੱਡੇ ਲੋਟ ਦੇ ਲਈ, ਸੋ ਸਾਡੇ ਕੋਲ ਉੱਥੇ ਉਹ ਆਪਸ਼ਨ ਹੈਗੀ ਆ। ਔਰ ਫਸਟ ਟਾਈਮ ਬਾਇਰਸ ਅਤੇ ਇਨਵੈਸਟਰਸ ਵਾਸਤੇ ਸਾਡੇ ਕੋਲ ਕਾਫੀ ਵਧੀਆ ਆਪਸ਼ਨ ਆ ਰਹੀ ਹੈ ਬਰਲਿੰਗਟਨ ਦੇ ਵਿੱਚ। ਠੀਕ ਹੈ ਸਰ। ਔਰ ਜਿਹੜਾ ਬਰਲਿੰਗਟਨ ਆ ਇਹ ਵੀ ਕਾਫੀ ਡਿਮਾਂਡ 'ਚ ਵੱਧਦਾ ਜਾ ਰਿਹਾ ਕਿਉਂਕਿ ਓਕਵਿਲ ਕਾਫੀ ਮਹਿੰਗਾ ਹੁੰਦਾ ਜਾ ਰਿਹਾ। ਜਿਸ ਤਰ੍ਹਾਂ ਮਤਲਬ ਬ੍ਰੈਂਪਟਨ ਤੋਂ ਲੋਕ ਮੂਵ ਹੋ ਕੇ ਹੁਣ ਬਾਹਰ ਜਾ ਰਹੇ ਆ, ਓਕਵਿਲ ਕਾਫੀ ਮਹਿੰਗਾ ਹੁੰਦਾ ਜਾ ਰਿਹਾ, ਹੁਣ ਓਕਵਿਲ ਤੋਂ ਕਾਫੀ ਲੋਕ ਨੇ ਜਿਹੜੇ ਬਰਲਿੰਗਟਨ 'ਚ ਮੂਵ ਹੋ ਰਹੇ ਆ। ਸੋ ਉੱਥੇ ਸਾਡੇ ਕੋਲ ਟਾਊਨ ਹਾਊਸ ਆ ਰਹੇ ਨੇ, ਆਪਣੇ ਟ੍ਰੈਡੀਸ਼ਨਲ ਟਾਊਨ ਹਾਊਸ ਸੈਮੀ ਡਿਟੈਚ ਨੇ ਜੀ। ਔਰ ਇਹਨਾਂ ਦਾ ਪ੍ਰਾਈਸ ਪੁਆਇੰਟ ਵੀ ਰਾਖੀ ਜੀ ਕਾਫੀ ਠੀਕ ਆ, ਮਤਲਬ ਅੱਜ ਦੀ ਮਾਰਕੀਟ ਦੇ ਮੁਤਾਬਕ ਜੇ ਆਪਾਂ ਕਹਿ ਲਈਏ ਜੀ। ਉਹ ਮੋਸਟ ਲਾਈਕਲੀ ਅਸੀਂ ਨੈਕਸਟ ਵੀਕ ਲਾਂਚ ਕਰ ਦਿਆਂਗੇ। ਔਰ ਆਈ ਥਿੰਕ ਜੇ ਕੋਈ ਵੀ ਫਸਟ ਟਾਈਮ ਬਾਇਰ ਆ ਜਿਹੜਾ ਜਾਂ ਕੋਈ ਇਨਵੈਸਟਰ ਆ ਉਹ ਕੰਸਿਡਰ ਕਰ ਰਿਹਾ ਕੋਈ ਇਨਵੈਸਟਮੈਂਟ ਵਾਸਤੇ, ਆਈ ਥਿੰਕ ਬਰਲਿੰਗਟਨ ਇਜ਼ ਆਲਸੋ ਵੈਰੀ ਗੁੱਡ ਆਪਸ਼ਨ, ਮਤਲਬ ਕਾਫੀ ਵਧੀਆ ਆਪਸ਼ਨ ਆ ਇਹ ਬਰਲਿੰਗਟਨ। ਉੱਥੇ ਵੀ ਜਿਵੇਂ ਕਹਿ ਲਓ ਕਿ ਤੁਸੀਂ ਪ੍ਰਾਈਸਿਸ ਕਾਫੀ ਤੇਜ਼ੀ ਨਾਲ ਉੱਪਰ ਜਾ ਰਹੇ ਹੈ ਜੀ। ਸੋ ਮੈਂ ਤੁਹਾਨੂੰ ਥੋੜ੍ਹੀ ਜਿਹੀ ਰਿਕੁਐਸਟ ਕਰੂੰਗੀ ਛੋਟੀ ਜਿਹੀ ਵੀ, ਤੁਸੀਂ ਆਪਣੇ ਸਾਡੇ ਦਰਸ਼ਕਾਂ ਨਾਲ ਇੱਕ ਵਾਰ ਸ਼ੇਅਰ ਕਰੋ ਵੀ ਕੀ ਪ੍ਰਾਈਸ ਰੇਂਜ ਨੇ ਬਰਲਿੰਗਟਨ ਦੇ ਵਿੱਚ ਅਤੇ ਜਿਹੜੇ ਵੀ ਤੁਹਾਡੇ ਆਊਟਰ ਪ੍ਰੋਜੈਕਟਸ ਦੀ ਆ। ਇਹ ਜਿਹੜੇ ਨੇ ਜੀ ਡਿਪੈਂਡ ਕਰਦਾ ਕਿ ਸਿਟੀ ਦੇ ਉੱਪਰ ਜੀ, ਜਿਸ ਤਰ੍ਹਾਂ ਹੁਣ ਕੈਂਬਰਿਜ ਦੇ ਵਿੱਚ ਜਿਹੜੇ ਟਾਊਨਸ ਸੀਗੇ ਜੀ ਉੱਥੇ ਉਹ ਤਾਂ ਤਕਰੀਬਨ 500 ਦੀ ਰੇਂਜ ਤੋਂ ਸਟਾਰਟ ਹੋਏ ਸੀ। ਇੱਕ ਅਸੀਂ ਹੁਣ ਇੱਕ ਪ੍ਰੋਜੈਕਟ ਕੀਤਾ ਸਕਾਰਬਰੋ ਦੇ ਵਿੱਚ,
ਸੋ ਮੈਂ ਆਪਣੇ ਦਰਸ਼ਕਾਂ ਨੂੰ ਵੀ ਇਹੀ ਕਹੂੰਗੀ ਵੀ ਕਿਸੇ ਦੀ ਵੀ ਕੋਈ ਵੀ ਕੁਐਰੀਜ਼ ਹੋਵੇ ਸਕਰੀਨ 'ਤੇ ਦਿੱਤੀਆਂ ਹੋਈਆਂ ਡਿਟੇਲਸ ਤੁਸੀਂ ਦੇਖ ਹੀ ਸਕਦੇ ਹੋ ਪਰਵੀਨ ਅਰੋੜਾ ਜੀ ਦੀ, ਤੁਸੀਂ ਉਹਨਾਂ 'ਤੇ ਕੰਟੈਕਟ ਕਰ ਸਕਦੇ ਹੋ। ਤੁਸੀਂ ਕੋਈ ਵੀ ਘਰ ਖਰੀਦਣਾ ਹੋਵੇ, ਇਹ ਕਾਫੀ ਨਵੇਂ ਪ੍ਰੋਜੈਕਟਸ ਲੈ ਕੇ ਆ ਰਹੇ ਨੇ ਮਾਰਕੀਟ ਦੇ ਵਿੱਚ ਐਂਡ ਬਹੁਤ ਹੀ ਬਜਟ ਦੇ ਵਿੱਚ, ਕੋਈ ਵੀ ਫਸਟ ਟਾਈਮ ਹੋਮ ਬਾਇਰਸ ਹੋਵੇ ਜਾਂ ਕੋਈ ਵੀ ਇਨਵੈਸਟਰ ਹੋਵੇ, ਇਹਨਾਂ ਨਾਲ ਕੰਟੈਕਟ ਕਰ ਸਕਦਾ ਆ। ਸਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡੇ ਸ਼ੋਅ ਦੇ ਵਿੱਚ। ਆਪਾਂ ਫਿਰ ਅਗਲੀ ਵੀਕ ਮੁਲਾਕਾਤ ਕਰਾਂਗੇ ਐਂਡ ਆਪਾਂ ਹੋਰ ਵਧੀਆ ਟੋਪਿਕਸ ਦੇ ਉੱਤੇ ਗੱਲ ਕਰਾਂਗੇ ਐਂਡ ਆਪਣੇ ਦਰਸ਼ਕਾਂ ਨੂੰ ਨੌਲੇਜ। ਔਰ ਮੈਂ ਇੱਕ ਵੀ ਕਹਾਂਗਾ ਰਾਖੀ ਜੀ, ਅਗਰ ਕੋਈ ਵੀ ਦਰਸ਼ਕ ਉਹਨਾਂ ਦਾ ਕੋਈ ਕੁਐਸਚਨ ਹੋਵੇ ਤੁਹਾਨੂੰ ਈਮੇਲ ਕਰ ਸਕਦੇ ਨੇ, ਸਾਨੂੰ ਈਮੇਲ ਕਰ ਸਕਦੇ ਨੇ, ਜਾਂ ਕਿਸੇ ਟੋਪਿਕ ਬਾਰੇ ਉਹ ਨੌਲੇਜ ਜਾਂ ਕੁਝ ਹੋਰ ਇਨਫੋਰਮੇਸ਼ਨ ਚਾਹੁੰਦੇ ਨੇ ਤਾਂ ਆਪਣੇ ਸ਼ੋਅ ਦੇ ਵਿੱਚ ਆਪਾਂ ਉਹ ਵੀ ਸ਼ੇਅਰ ਕਰ ਸਕਦੇ ਹਾਂ। ਬਿਲਕੁਲ, ਮੈਂ ਆਪਣੇ ਦਰਸ਼ਕਾਂ ਨੂੰ ਫਿਰ ਤੋਂ ਇਹ ਚੀਜ਼ ਰਿਪੀਟ ਕਰੂੰਗੀ ਵੀ ਤੁਹਾਨੂੰ ਲੱਗਦਾ ਹੈ ਵੀ ਕੋਈ ਵੀ ਤੁਹਾਡੀ ਕੁਐਰੀ ਆ, ਕੋਈ ਵੀ ਇੱਕ ਟੋਪਿਕ ਆ ਜਿਹਦੇ ਉੱਤੇ ਤੁਸੀਂ ਚਾਹੁੰਦੇ ਹੋ ਵੀ ਨੌਲੇਜ ਆਪਣੀ ਹੋਰ ਵਧਾਉਣੀ ਆ, ਤੁਸੀਂ ਹੋਰ ਉਹਦੇ ਬਾਰੇ ਜਾਣਨਾ ਚਾਹੁੰਦੇ ਹੋ, ਤੁਸੀਂ ਸਾਨੂੰ ਰੀਚ ਆਊਟ ਕਰ ਸਕਦੇ ਹੋ ਐਂਡ ਈਵਨ ਤੁਸੀਂ ਪਰਵੀਨ ਅਰੋੜਾ ਜੀ ਨੂੰ ਡਾਇਰੈਕਟ ਵੀ ਰੀਚ ਆਊਟ ਕਰ ਸਕਦੇ ਹੋ। ਬਿਲਕੁਲ ਫ੍ਰੀ ਆਫ ਕੋਸਟ ਤੁਹਾਨੂੰ ਕਾਉਂਸਲਿੰਗ ਦੇਣਗੇ ਐਂਡ ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।